ਸਿੱਖ ਸੰਘਰਸ਼ ਦੀ ਚੱਲ ਰਹੀ ਲੜੀ ਵਿੱਚ ਅੱਜ ਇੱਕ ਹੋਰ ਸਿੱਖਾ ਗੂ ਭਾਈ ਸੁਖਦੇਵ ਸਿੰਘ ਜੀ ਬਾਰੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਭਾਈ ਸੁਖਦੇਵ ਸਿੰਘ ਦਾ ਪਿੰਡ ਦਾਸੂਵਾਲ ਪੱਟੀ ਤੋਂ ਖੇਮ ਕਰਨ ਵਾਲੀ ਸੜਕ ਦੇ ਉੱਤੇ ਹੀ ਹੈ ਤਿੰਨ ਭਰਾਵਾਂ ਤੇ ਤਿੰਨ ਭੈਣਾਂ ਦੇ ਇਸ ਪਰਿਵਾਰ ਵਿੱਚ ਖੇੜਦਿਆਂ ਮਲਦਿਆਂ ਭਾਈ ਸੁਖਦੇਵ ਸਿੰਘ ਸਕੂਲੇ ਪੜਨ ਲਾਇਆ ਗਿਆ ਖੇਤੀਬਾੜੀ ਵਾਲੇ ਪਰਿਵਾਰਾਂ ਦੇ ਮੁੰਡੇ ਆਮ ਕਰਕੇ ਕਹਿੰਦੇ ਉਹਨਾਂ ਦਿਨਾਂ ਵਿੱਚ ਘਾਟੀ ਪੜਦੇ ਹੁੰਦੇ ਸਨ ਪਰ ਸੁਖਦੇਵ ਸਿੰਘ ਨੇ 8 ਜਮਾਤਾਂ ਪਾਸ ਕਰ ਲਈਆਂ ਉਹਨਾਂ ਦਿਨਾਂ ਦੇ ਹਿਸਾਬ ਨਾਲ ਕਹਿੰਦੇ ਬੜੀ ਵੱਡੀ ਗੱਲ ਸੀ ਉਸ ਤੋਂ ਬਾਅਦ ਕਹਿੰਦੇ 1976 ਵਿੱਚ ਭਾਈ ਸੁਖਦੇਵ ਸਿੰਘ ਦਾ ਮੇਲ ਭਾਈ ਫੋਜਾ ਸਿੰਘ ਨਾਲ ਹੋਇਆ ਜੋ ਨਾਮ ਬਾਣੀ ਤੇ ਬੰਦਗੀ ਵਾਲੇ ਸੂਰਮੇ ਸਿੰਘ ਸਨ ਧਰਮ ਦੇ ਵੈਰੀਆਂ ਦੇ ਖਿਲਾਫ ਜੂਝਣ ਦਾ ਚਾਅ ਰੱਖਦੇ ਸਨ ਭਾਈ ਫੋਜਾ ਸਿੰਘ ਦੇ ਜੀਵਨ ਤੋਂ ਉਹ ਬੜੇ ਪ੍ਰਭਾਵਿਤ ਹੋਏ ਭਾਈ ਫੋਜਾ ਸਿੰਘ ਨੇ ਪੰਥ ਦੋਖੀਆਂ ਨੂੰ ਸੋਧਣ ਲਈ 1973 ਤੋਂ ਹੀ ਦੁਸ਼ਟ ਮਾਰੂ ਖਾਲਸਾ ਦਲ ਬਣਾ ਕੇ ਸਰਗਰਮੀਆਂ ਅਰੰਭੀਆਂ ਹੋਈਆਂ ਸਨ ਇਸ ਜਥੇਬੰਦੀ ਨੇ ਕਈ ਥਾਂ ਸਿੱਖਾਂ ਦੇ ਵੈਰੀਆਂ ਨਾਲ ਟੱਕਰ ਲਈ ਜਿਸ ਕਰਕੇ ਭਾਈ ਸਾਹਿਬ ਕਿਰਤਾਰ ਵੀ ਹੋਏ ਤੇ ਜੇਲ੍ਹ ਵੀ ਗਏ ਪਰ ਉਹਨਾਂ ਨੇ ਗੁਰੂ ਸਾਹਿਬ ਦਾ અપਮਾਨ ਕਰਨ ਵਾਲਿਆਂ ਨੂੰ ਕਦੇ ਬਖਸ਼ਿਆ ਨਹੀਂ ਖਾਸ ਕਰਕੇ ਕਹਿੰਦੇ ਨੇ ਨਰਗ ਧਾਰਿਆਂ ਨਾਲ ਅਕਸਰ ਹੀ ਟੱਕਰ ਹੁੰਦੀ ਰਹਿੰਦੀ ਸੀ ਉਸ ਤੋਂ ਬਾਅਦ 9 ਅਗਸਤ 1992 ਦੀਆਂ ਅਖਬਾਰਾਂ ਵਿੱਚ ਇੱਕ ਖਬਰ ਆਈ ਕਿ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਭਾਈ ਸੁਖਦੇਵ ਸਿੰਘ ਮੁਕਾਬਲੇ ਵਿੱਚ ਹਲਾਕ ਅਖਬਾਰ ਦੀ ਖਬਰ ਅਨੁਸਾਰ ਡੇਹਲੋ ਸਾਨੇਵਾਲ ਸੜਕ ਤੇ ਸਵੇਰੇ 5 ਵਜੇ ਡੇਹਲੋ ਵੱਲੋਂ ਆਉਂਦੀ ਮਰੂਤੀ ਕਾਰ ਨੂੰ ਪਿੰਡ ਤਰੋੜ ਨੇੜੇ ਸੂਏ ਕੋਲ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਵਿੱਚੋਂ ਨਿਕਲੇ ਦੋ ਜਵਾਨ ਭੱਜ ਨਿਕਲੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਜਿਸ ਕਰਕੇ ਪੁਲਿਸ ਮੁਕਾਬਲਾ ਸ਼ੁਰੂ ਹੋ ਗਿਆ ਫਾਇਰਿੰਗ ਬੰਦ ਹੋਣ ਤੱਕ 35 36 ਸਾਲਾਂ ਦਾ ਵਿਅਕਤੀ ਮੋਆ ਮਿਲਿਆ ਜਿਸ ਦੀ ਜੇਬ ਵਿੱਚੋਂ ਡਾਇਰੀ ਮਿਲੀ ਤੇ ਡਾਇਰੀ ਤੋਂ ਪਛਾਣ ਹੋਈ ਕਿ ਭਾਈ ਸੁਖਦੇਵ ਸਿੰਘ ਵਾਸੀ ਦਾਸੂਵਾਲ ਹੈ ਕੇ ਪੀ ਐਸ ਗਿਲ ਅਨੁਸਾਰ ਭਾਈ ਸੁਖਦੇਵ ਸਿੰਘ 1000 ਤੋਂ ਵੱਧ ਕਤਲ ਜਿਮੇਵਾਰ ਸੀ ਤੇ ਉਹਨਾਂ ਦੇ ਸਿਰ ਉੱਪਰ 25 ਲੱਖ ਦਾ ਇਨਾਮ ਸੀ 200 ਤਾਂ ਕਹਿੰਦੇ ਨੇ ਨਰਕਧਾਰ ਯਹੀ ਮਾਰੇ ਸਨ ਕੇਪੀਐਸ ਗਿੱਲ ਨੇ ਦਾਅਵਾ ਵੀ ਕੀਤਾ ਕਿ ਭਾਈ ਸੁਖਦੇਵ ਸਿੰਘ ਦੀ ਭਾਈ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਦੇ ਭੋਗ ਮੋਕੇ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਸੀ ਕਹਿੰਦੇ ਨੇ ਝੂਠ ਕੇਪੀਐਸ ਗਿੱਲ ਨੇ ਸਿੰਘਾਂ ਵਿੱਚ ਪਾੜ ਪਾਉਣ ਲਈ ਬੋਲਿਆ ਸੀ ਭਾਈ ਸੁਖਦੇਵ ਸਿੰਘ ਤੱਕ ਪੁਲਿਸ ਕਿਵੇਂ ਪੁੱਜੀ ਇਹ ਕਾਲਾ ਜੀ ਕਹਿੰਦੇ ਸਪਸ਼ਟ ਨਹੀਂ ਹੋਈ ਕੁਝ ਖਾਸ ਪਤਾ ਨਹੀਂ ਲੱਗ ਸਕਿਆ ਹੋ ਸਕਦਾ ਕਿਸੇ ਦੀ ਜ਼ਮੀਰ ਜਾਗ ਪਵੇ ਜੇ ਸਾਰੀ ਹਕੀਕਤ ਸਾਹਮਣੇ ਆ ਜਾਵੇ ਪਰ ਜੋ ਵਾਪਰਿਆ ਉਹ ਇਹ ਸੀ ਕਿ 8 ਅਗਸਤ 1992 ਦੀ ਰਾਤ ਨੂੰ ਪੱਕੀ ਸੂਤੇ ਲੁਧਿਆਣਾ ਪੁਲਿਸ ਪਟਿਆਲੇ ਪੁੱਜ ਗਈ ਉਹਨਾਂ ਨੇ ਭਾਈ ਸੁਖਦੇਵ ਸਿੰਘ ਨੂੰ ਨਾਲ ਚੱਲਣ ਲਈ ਕਿਹਾ ਕਾਬੂਾਇਸ਼ੇਰ ਨੂੰ ਨਰੜ ਕੇ ਪੁਲਿਸ ਪਾਰਟੀ ਲੁਧਿਆਣੇ ਨੂੰ ਚਲ ਪਈ ਲੁਧਿਆਣੇ ਲਿਆ ਕੇ ਭਾਈ ਸਾਹਿਬ ਉੱਤੇ ਕਹਿੰਦੇ ਬੇਤਿਹਾਸ਼ ਤਸ਼ੱਦਦ ਕੀਤਾ ਗਿਆ ਕੇ ਪੀਐਸ ਗਿੱਲ ਨੇ ਖੁਦ ਵੀ ਤਸ਼ੱਦਦ ਕਰਨਾ ਚਾਹਿਆ ਪਰ ਕਹਿੰਦੇ ਉਹਨੂੰ ਮੂੰਹ ਦੀ ਖਾਣੀ ਪਈ ਤਸੀਹੇ ਦੇ ਦੇ ਕੇ ਹੀ ਭਾਈ ਸਾਹਿਬ ਨੂੰ ਕਤਲ ਕਰ ਦਿੱਤਾ ਤੇ ਫਿਰ ਪੁਲਿਸ ਮੁਕਾਬਲੇ ਦਾ ਡਰਾਮਾ ਰਚਿਆ ਗਿਆ ਪੱਤਰਕਾਰਾਂ ਨੇ ਮੌਕੇ ਤੇ ਜਾ ਕੇ ਸਾਰੀ ਕਹਾਣੀ ਦੀਆਂ ਤਾਹਾਂ ਖੋਲ ਦਿੱਤੀਆਂ ਕੀ ਕੋਈ ਗੁਰੀਲਾ ਆਪਣੀ ਜੇਬ ਵਿੱਚ ਆਪਣੇ ਨਾਂ ਦਾ ਚਿੱਠੀ ਪੱਤਰ ਲਿਖ ਕੇ ਘੁੰਮੇਗਾ ਜੇਕਰ ਮੂਰਤੀ ਵਿੱਚੋਂ ਭੱਜਣ ਵਾਲੇ ਦੋ ਸਿੰਘ ਸਨ ਤਾਂ ਦੂਜਾ ਸਿੰਘ ਕੌਣ ਸੀ ਤੇ ਉਹ ਦੁਬਾਰਾ ਕਿਉਂ ਨਹੀਂ ਬੋਲਿਆ ਅਸਲ ਵਿੱਚ ਦੂਜੇ ਸਿੰਘ ਵਾਲੀ ਕਹਿੰਦੇ ਗੱਲ ਬਿਲਕੁਲ ਝੂਠ ਸੀ ਕਿਉਂਕਿ ਭਾਈ ਸੁਖਦੇਵ ਸਿੰਘ ਨੂੰ ਤਾਂ ਪਟਿਆਲੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਭਾਈ ਸੁਖਦੇਵ ਸਿੰਘ ਉਸ ਸਮੇਂ ਲੁਧਿਆਣਾ ਪੁਲਿਸ ਵੱਲੋਂ ਸ਼ਹੀਦ ਕੀਤੇ ਜਾਣ ਵਾਲੇ ਤੀਜੇ ਜਰਨੈਲ ਸਨ ਇਸ ਤੋਂ ਪਹਿਲਾਂ ਭਾਈ ਰਿਸ਼ਪਾਲ ਸਿੰਘ ਛੰਦੜਾ ਤੇ ਫਿਰ ਭਾਈ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਨੂੰ ਵੀ ਲੁਧਿਆਣਾ ਵਿਖੇ ਸ਼ਹੀਦ ਕੀਤਾ ਗਿਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ